ਅਸੀਂ ਇੱਕ ਨਵੀਂ ਪੇਂਟਿੰਗ ਲਈ ਹੈ ਤੇ ਮੈਂ ਉਹ ਸਾਹਮਣੇ ਵਾਲੀ ਵਾਲ ਦੇ ਉੱਪਰ ਟੰਗਣਾ ਚਾਹਨਾ। ਪਹਿਲਾਂ ਅਸੀਂ ਇੰਚੀ ਟੇਪ ਲੈ ਕੇ ਉਹਦੀ ਮਿਣਤੀ ਵਗੈਰਾ ਕਰਨ ਲੱਗੇ ਕੰਧ ਦੀ ਤੇ ਪੇਂਟਿੰਗ ਦੀ। ਮੈਨੂੰ ਲੱਗਿਆ ਮਿਣਤੀ ਗਲਤ ਕਰ ਰਿਹਾ ਤੇ ਫਿਰ ਮੈਨੂੰ ਇਹ ਕਹਿੰਦੇ ਤੁਸੀਂ ਆਪ ਹੀ ਆਣ ਕੇ ਕਰੋ। ਕਿਰਨ ਆਪ ਆ ਕੇ ਮਿਣਤੀ ਕਰਨ ਵਾਸਤੇ, ਪਰ ਇਹਨਾਂ ਤੋਂ ਵੀ ਗੱਲ ਨਹੀਂ ਬਣੀ ਤੇ ਮੈਨੂੰ ਕਹਿੰਦੇ ਕੰਧ ਹੀ ਖਰਾਬ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਬਾਹਰੋਂ ਪੌੜੀ ਲੈ ਕੇ ਆਇਆ ਕਿਉਂਕਿ ਆਰਾਮ ਨਾਲ ਉੱਪਰ ਜਾ ਕੇ ਹੱਥ ਮੇਰਾ ਪਹੁੰਚ ਜਾਣਾ ਸੀ ਤੇ ਮੈਂ ਪੂਰੀ ਕੰਧ ਦੀ ਮਿਣਤੀ ਕਰ ਲਈ ਕਿ ਜਿੰਨੀ ਕੁ ਪੇਂਟਿੰਗ ਦੀ ਚੌੜਾਈ ਹੈ ਉਨੀ ਕੁ ਹੀ ਮੈਂ ਡਰਿਲ ਕਰਾਂਗਾ। ਮੈਂ ਡਰਿਲ ਕਰਕੇ ਆਰਾਮ ਨਾਲ ਸਕਰਿਊ ਵਿੱਚ ਲਗਾ ਦਿੱਤੇ ਤੇ ਫਿਰ ਕਿਰਨ ਨੇ ਮੈਨੂੰ ਇੱਕ ਬ੍ਰਸ਼ ਜਿਹਾ ਦਿੱਤਾ ਕਿ ਕੰਧ ਵੀ ਸਾਫ਼ ਕਰ ਦਿਓ, ਮਿੱਟੀ ਨਹੀਂ ਚੜ੍ਹਨੀ ਚਾਹੀਦੀ ਉਹਦੇ ਉੱਪਰ। ਫਾਈਨਲੀ ਇਹਨਾਂ ਨੇ ਪੇਂਟਿੰਗ ਟੰਗ ਦਿੱਤੀ ਤੇ ਪੇਂਟਿੰਗ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਬੁੱਧਾ ਜੀ ਦੀ। ਘਰ ਦੇ ਵਿੱਚ ਜੇ ਆਪਾਂ ਛੋਟਾ ਜਿਹਾ ਚੇਂਜ ਵੀ ਕਰਦੇ ਹਾਂ ਤਾਂ ਅੱਖਾਂ ਨੂੰ ਦੇਖਣ ਨੂੰ ਅੱਛਾ ਲੱਗਦਾ ਹੈ। ਆਹ ਛੋਟੀ ਛੋਟੀ ਪੇਂਟਿੰਗਸ ਅਸੀਂ ਟੰਗਦੇ ਰਹਿੰਦੇ ਹਾਂ ਅਤੇ ਛੋਟੀ ਛੋਟੀ ਚੀਜ਼ਾਂ ਨਾਲ ਸਾਨੂੰ ਖੁਸ਼ੀਆਂ ਮਿਲਦੀਆਂ ਨੇ। ਥੈਂਕ ਯੂ।